ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਵਿੱਢੀ ਹੋਈ ਆ ਔਰ ਇਸ ਯਾਤਰਾ ਦੇ ਆਧਾਰ ਦੇ ਉੱਤੇ ਪੂਰੇ ਸੂਬੇ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਉਹ ਜਾ ਰਿਹਾ ਆ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ। ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਇਸ ਯਾਤਰਾ ਦੇ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਵੀ ਕਰਦੀ ਪਈ ਹੈ। ਖੈਰ, ਜੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਲੰਘੇ ਦਿਨ ਹੁੰਦੇ ਨੇ, ਸ਼ਾਮ ਨੂੰ ਦਿਨ ਢਲੇ ਹੈਰੀਟੇਜ ਸਟਰੀਟ ਪਹੁੰਚਦੇ ਨੇ। ਹੈਰੀਟੇਜ ਸਟਰੀਟ ਦੇ ਉੱਤੇ ਜਿੱਥੇ ਸਕਰੀਨਸ ਲੱਗੀਆਂ ਹੋਈਆਂ ਨੇ ਉਹਨਾਂ ਦਾ ਹਵਾਲਾ ਦਿੰਦੇ ਹਾਂ। ਸੁਖਬੀਰ ਬਾਦਲ ਕੁਝ ਭੜਕੇ ਨਜ਼ਰ ਆਉਂਦੇ ਨੇ, ਆਖਿਰਕਾਰ ਕਿਉਂ ਭੜਕਦੇ ਨੇ? ਉਹਦਾ ਉੱਤਰ ਇਹ ਹੈਗਾ ਕਿ ਸੁਖਬੀਰ ਬਾਦਲ ਕਹਿੰਦੇ ਨੇ ਕਿ ਜਿੱਥੇ ਪਹਿਲਾਂ ਗੁਰਬਾਣੀ ਚੱਲਦੀ ਹੁੰਦੀ ਸੀ, ਜਿੱਥੇ ਗੁਰਬਾਣੀ ਦਾ ਸੰਚਾਰ ਹੁੰਦਾ ਸੀ, ਉਹਨਾਂ ਸਕਰੀਨਸ ਦੇ ਉੱਤੇ ਹੁਣ ਸਰਕਾਰ ਦੇ ਇਸ਼ਤਿਹਾਰ ਚੱਲਦੇ ਪਏ ਨੇ, ਉਹਨਾਂ ਸਕਰੀਨਸ ਦੇ ਉੱਤੇ ਹੁਣ ਮੌਜੂਦਾ ਪੰਜਾਬ ਸਰਕਾਰ ਇਸ਼ਤਿਹਾਰ ਪ੍ਰਚਾਰ ਕਰਦੀ ਪਈ ਹੈ। ਸਾਫ਼ ਤੌਰ ਦੇ ਉੱਤੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਸੁਖਬੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਆ। ਉਹਨਾਂ ਨੇ ਸਾਫ਼ ਕਿਹਾ ਆ ਕਿ ਹੈਰੀਟੇਜ ਸਟਰੀਟ ਦੀਆਂ ਸਕਰੀਨਸ ਦੇ ਉੱਤੇ ਪੰਜਾਬ ਸਰਕਾਰ ਆਪਣੇ ਇਸ਼ਤਿਹਾਰ ਲਗਾ ਰਹੀ ਆ। ਉਹ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਕਿ ਉਹ ਬਿਲਕੁਲ ਵੀ ਆਪਣੇ ਚਿਹਰੇ ਬਤੌਰ ਇਸ਼ਤਿਹਾਰ ਸਰਕੂਲੇਟ ਕਰਨ ਦੇ ਵਿੱਚ ਯਕੀਨ ਨਹੀਂ ਰੱਖਦੀ, ਇਹ ਗੱਲਾਂ ਸੁਖਬੀਰ ਬਾਦਲ ਕਹਿੰਦੇ ਨਜ਼ਰ ਆ ਰਹੇ। ਉਹਨਾਂ ਨੇ ਸਾਫ਼ ਕਿਹਾ ਆ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਹੈਰੀਟੇਜ ਸਟਰੀਟ ਦਾ ਧਿਆਨ ਮੁਕੰਮਲ ਤੌਰ 'ਤੇ ਰੱਖਿਆ ਜਾਂਦਾ ਸੀ, ਪਰ ਹੁਣ ਹੈਰੀਟੇਜ ਸਟਰੀਟ ਦੇ ਉੱਤੇ ਪਏ ਗੰਦ ਦਾ ਹਵਾਲਾ ਦਿੰਦਿਆਂ ਕਹਿੰਦੇ ਨੇ ਕਿ ਹੁਣ ਦੇ ਹਾਲਾਤ ਅਤੇ ਪਹਿਲਾਂ ਦੇ ਹਾਲਾਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ। ਸੁਖਬੀਰ ਸਿੰਘ ਬਾਦਲ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਵਰਦੇ ਨਜ਼ਰ ਆ ਰਹੇ ਨੇ। ਆਪਣੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਬਾਦਲ ਹੁਣ ਪੂਰੇ ਪੰਜਾਬ ਦੇ ਭ੍ਰਮਣ ਦੇ ਉੱਤੇ ਉਤਰੇ ਹੋਏ ਨੇ, ਉਸੇ ਤਰ੍ਹਾਂ ਜਿਵੇਂ ਰਾਹੁਲ ਗਾਂਧੀ ਦੁਆਰਾ ਪੂਰੇ ਦੇਸ਼ ਦੀ ਯਾਤਰਾ ਕਰਦੇ ਪਏ ਨੇ। ਪੂਰੇ ਦੇਸ਼ ਦੇ ਵਿੱਚ ਰਾਹੁਲ ਗਾਂਧੀ ਵੱਖ ਵੱਖ ਥਾਵਾਂ ਦੇ ਉੱਤੇ ਜਾਂਦੇ ਪਏ ਨੇ, ਉਸੇ ਤਰ੍ਹਾਂ ਹੁਣ ਸੁਖਬੀਰ ਬਾਦਲ ਵੀ ਸ਼ਾਇਦ ਆਪਣੀ ਇਸ ਯਾਤਰਾ ਦੇ ਆਧਾਰ ਦੇ ਉੱਤੇ ਆਪਣੀ ਪਾਰਟੀ ਨੂੰ ਦੁਬਾਰਾ ਸਟੈਂਡ ਕਰਨਾ ਚਾਹੁੰਦੇ ਨੇ। ਇਹ ਫਾਇਦੇਮੰਦ ਸਾਬਿਤ ਹੋਵੇਗੀ, ਲਾਹੇਵੰਦ ਹੋਵੇਗੀ, ਨਹੀਂ ਹੋਵੇਗੀ, ਇਹ ਸਮਾਂ ਦੱਸੇਗਾ। ਪਰ ਸੁਖਬੀਰ ਬਾਦਲ ਦਾ ਇਹ ਇਨੀਸ਼ੀਏਟਿਵ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਰੰਗ ਜ਼ਰੂਰ ਦਿਖਾਏਗਾ। ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਾਂਗੇ, ਪਰ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਜੋ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ। ਜੋ ਹਾਲਾਤ ਤੁਸੀਂ ਦੇਖ ਰਹੇ ਹੋ, ਮੈਂ ਅੱਜ ਹੁਣ ਹੈਰੀਟੇਜ ਸਟਰੀਟ ਤੇ ਖੜਾ ਜੀ। ਆਹ ਜਿਹੜੀਆਂ ਸਕਰੀਨਾਂ ਲਾਈਆਂ, ਇੱਥੇ ਗੁਰਬਾਣੀ ਚੱਲਦੀ ਹੁੰਦੀ ਸੀ ਜੀ, ਜਿੱਥੇ ਭਗਵੰਤ ਬੇਈਮਾਨ ਨੇ ਆਪਣੀਆਂ ਫੋਟੋਆਂ ਲਾਈਆਂ, ਆਪਣੀ ਟੇਪ ਸਕਰੀਨ ਚਲਾ ਰਿਹਾ ਜੀ। ਲੋਕੀ ਇੱਥੇ ਦਰਬਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾ ਨਾਲ ਆਉਂਦੇ ਸੀ ਜੀ। ਆਹ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ। ਆਹ ਗੁਰੂ ਘਰ ਹੈ, ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ, ਪਰਮਾਤਮਾ ਹੀ ਉਹਦਾ ਹੰਕਾਰ ਲਾਉਂਦਾ। ਅੱਜ ਤੁਸੀਂ ਦੇਖਿਆ ਹੈਰੀਟੇਜ ਸਟਰੀਟ 'ਤੇ ਕਿਵੇਂ ਲਾਈਟਾਂ ਬੰਦ ਹੈ, ਕਿੰਨਾ ਕੂੜਾ ਪਿਆ। ਆਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ, ਆਹੀ ਕਰਤੂਤਾਂ ਕਰਕੇ, ਕਿਉਂਕਿ ਆਹ ਜਿਹੜੇ ਆਏ ਹੈ ਅੰਗਰੇਜ਼ਾਂ ਅਤੇ ਮੁਗਲਾਂ ਵਾਂਗੂ ਲੁੱਟਣ ਆਏ ਹੈ, ਪੰਜਾਬ ਦਾ ਖਜ਼ਾਨਾ ਲੁੱਟ ਕੇ ਆਹ ਕੇਜਰੀਵਾਲ ਨੂੰ ਹਿੰਦੁਸਤਾਨ 'ਚ ਮਸ਼ਹੂਰ ਕਰਨਾ ਚਾਹੁੰਦੇ, ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਆ। ਜਿੱਥੇ ਦੇਖੋ, ਜਿਹੜੇ ਮੋੜ 'ਤੇ ਦੇਖੋ, ਜਿੱਥੇ ਜਾਵੋ, ਉਹਨੇ ਆਪਣੀਆਂ ਫੋਟੋਆਂ ਇਸ਼ਤਿਹਾਰ ਲਾਏ ਹੈ। ਦੂਜੇ ਸੂਬਿਆਂ ਜਾ ਕੇ ਵੀ ਘੱਟ ਤੋਂ ਘੱਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ। ਦਰਬਾਰ ਸਾਹਿਬ ਸਾਹਮਣੇ ਜਿਹੜੀਆਂ ਸਕਰੀਨਸ ਲਾਈਆਂ ਸੀ ਅਸੀਂ ਕੀਰਤਨ ਸੁਣਨ ਵਾਸਤੇ, ਉੱਥੇ ਤਾਂ ਆਪਣੇ ਤਿੰਨ ਜਗ੍ਹਾ 'ਤੇ ਵੀ ਆਪਣੀ ਸ਼ਕਲ ਨਹੀਂ ਹਟਾ ਸਕਦਾ। ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਚੌਥੀ ਨਵੀਂ ਲਾ ਇਹ ਜੋ ਮੈਂ ਕਹਿੰਦਾ, ਇਹ ਜੀ ਘਟੀਆ ਰਾਜਨੀਤੀ ਜਿਹੜਾ ਕਰ ਰਿਹਾ, ਜੈ ਜੀਆਂ ਕਰਤੂਤਾਂ ਕਰ ਰਿਹਾ, ਪੰਜਾਬ ਦੀ ਜਨਤਾ ਨਹੀਂ ਬਖਸ਼ਦੀ। ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।